ਜਸਵੀਰ ਜੀ, ਇੱਕ ਹੋਰ ਚਾਨਣਾ ਪਾਓ, ਕਿਉਂਕਿ ਕਿਤੇ ਨਾ ਕਿਤੇ ਜਾ ਕੇ ਜਿਹੜੇ ਪੰਜਾਬ ਦੇ ਲੋਕ ਹੈ ਨਾ, ਅੱਜ ਸਿਆਸਤਦਾਨ ਨਾਲੋਂ ਵੱਧ ਜਥੇਬੰਦੀਆਂ ਦੇ ਉੱਤੇ ਜ਼ਿਆਦਾ ਭਰੋਸਾ ਕਰਦੇ ਨੇ। ਪਰ ਹੁਣ ਦਾ ਜੋ ਸਮਾਂ ਹੈਗਾ ਹੈ ਤੇ ਤੁਹਾਨੂੰ ਜਾਣਕਾਰੀ ਹੋਏਗੀ ਸ਼ਾਇਦ, ਹਲਕਾ ਦਾਖਾ ਦੇ ਵਿੱਚ ਇੱਕ ਜਥੇਬੰਦੀ ਦਾ ਆਗੂ ਸੀ ਜਿਸਨੇ ਲੋਕਾਂ ਦੇ ਘਰ ਜਾ ਕੇ ਰਾਤ ਨੂੰ ਹੈ ਨਾ ਹਮਲਾ ਕੀਤਾ। ਕਹਿਣ ਤੋਂ ਭਾਵ ਇਹ ਕਿ ਕੁਝ ਜਥੇਬੰਦੀਆਂ ਵਿੱਚ ਇਹ ਜਿਹੇ ਆਗੂ ਬੈਠੇ ਨੇ ਜਿਹੜੇ ਇੱਕ ਪ੍ਰਕਾਰ ਦੀ ਗੁੰਡਾਗਰਦੀ ਕਰਦੇ ਨੇ। ਇਹ ਜੇ ਲੋਕਾਂ ਦੇ ਬਾਰੇ ਤੁਸੀਂ ਕੀ ਸੋਚਦੇ ਹੋ ਕਿ ਇਹ ਜੇ ਲੋਕਾਂ ਨੂੰ ਜਥੇਬੰਦੀ ਵਿੱਚ ਲੈਣਾ ਚਾਹੀਦਾ? ਜਥੇਬੰਦੀਆਂ ਨੂੰ ਇਹ ਸੋਚ ਸਮਝ ਕੇ ਫੈਸਲਾ ਲੈਣਾ ਚਾਹੀਦਾ। ਜਿਹੜੀ ਗੱਲ ਦਾ ਨਹੀਂ ਪਤਾ ਲੱਗਿਆ ਉਹ ਤਾਂ ਇੱਕ ਗੱਲ ਅਲੱਗ ਹੈ, ਜਿਹੜੇ ਬੰਦੇ ਬਾਰੇ ਪਤਾ ਲੱਗਿਆ ਵੀ ਇਹਨੇ ਗਲਤ ਜਥੇਬੰਦੀ ਦਾ ਨਾਮ ਬਦਨਾਮ ਕੀਤਾ, ਤਾਂ ਉਹ ਦੂਜੀ ਜਥੇਬੰਦੀ ਜੇ ਇਹ ਸੋਚ ਲਵੇ ਚਲੋ ਇਹਦੇ ਆਉਣ ਨਾਲ ਸਾਡਾ ਭਾਰ ਵੱਧਦਾ, ਉਹ ਭਾਰ ਵੱਧਦਾ ਨੀਗਾ, ਸਮਾਂ ਹਲਕਾ ਆਉਂਦਾ, ਉਹਦੇ 'ਚ ਨੁਕਸਾਨ ਹੁੰਦਾ, ਇਹ ਲੈਣੇ ਨੀ ਚਾਹੀਦੇ। ਇਹ ਬੰਦੇ ਤਾਂ ਉੱਡੇ ਲੈਣ ਲੱਗ ਕੇ ਰੱਖੇ ਜਾਣ ਤਾਂ ਵਧੀਆ ਗੱਲ ਹੈ, ਤਾਂ ਕਿ ਉਹਨੂੰ ਦੇਖ ਕੇ ਕੋਈ ਅੱਗੇ ਹੋਰ ਵੀ ਗਲਤੀ ਨਾ ਕਰੇ। ਜੇ ਆਪਾਂ ਇੱਕ ਜਥੇਬੰਦੀ ਨੇ ਗਲਤੀ ਕਰਕੇ ਕਿਸੇ ਬੰਦੇ ਨੂੰ ਕੱਢਤਾ ਤਾਂ ਦੂਜੀ ਜੇ ਵੈਸੇ ਆਪਣੀ ਮਰਜ਼ੀ ਨਾਲ ਨਿਕਲਦਾ ਉਹ ਗੱਲ ਇੱਕ ਅਲੱਗ ਹੈ, ਜੇ ਗਲਤੀ ਕਰਨ ਤੇ ਉਹ ਕੱਢਦਾ ਤਾਂ ਦੂਜੇ ਜਥੇਬੰਦੀ ਜੇ ਸ਼ਾਮਿਲ ਕਰ ਲਿਆ ਤਾਂ ਦੋਸ਼ੀ ਉਹ ਜਥੇਬੰਦੀ ਹੈ।